ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਲਗੀਧਰ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਖੰਡੇ ਦੀ ਪਾਹੁਲ ਦੇ ਬਾਰੇ, ਅੰਮ੍ਰਿਤ ਸੰਚਾਰ ਬਾਰੇ, ਗੁਰਬਾਣੀ ਦੀ ਪਾਰਸ ਕਲਾ ਬਾਰੇ, ਗੁਰਬਾਣੀ ਦੀ ਔਸ਼ਧੀ ਰੂਪੀ ਸ਼ਕਤੀ ਜਿਹਦੇ ਨਾਲ ਬਿਮਾਰੀਆਂ ਉੜ ਜਾਂਦੀਆਂ ਨੇ, ਜਲ ਦੇ ਉੱਤੇ ਗੁਰਬਾਣੀ ਦਾ ਕੀ ਪ੍ਰਭਾਵ ਪੈਂਦਾ ਹੈ, ਇਸ ਬਾਰੇ ਵੀ ਆਪਾਂ ਗੱਲ ਕਰਾਂਗੇ। ਆਪ ਜੀ ਨੂੰ ਸਾਇੰਸ ਅਤੇ ਗੁਰਬਾਣੀ ਅਤੇ ਗੁਰ ਇਤਿਹਾਸ ਵਿੱਚੋਂ ਉਦਾਹਰਣਾਂ ਦੇ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ। ਅੱਜ ਕੱਲ੍ਹ ਕਈ ਲੋਕ ਪੁੱਛਦੇ ਨੇ ਕਿ ਗੁਰਬਾਣੀ ਨੂੰ ਜਦ ਆਪਾਂ ਪੜ੍ਹਦੇ ਹਾਂ ਤਾਂ ਉਹਦਾ ਜਲ ਦੇ ਉੱਤੇ ਕੀ ਪ੍ਰਭਾਵ ਹੁੰਦਾ ਹੈ, ਕਿਉਂਕਿ ਅਕਸਰ ਕਈ ਗੁਰਮੁਖ ਕਹਿੰਦੇ ਨੇ ਕਿ ਜਦ ਤੁਸੀਂ ਬਾਣੀ ਪੜ੍ਹਨੀ ਹੈ ਕੋਲ ਜਲ ਰੱਖ ਲਿਆ ਕਰੋ, ਉਸ ਜਲ ਨੂੰ ਬਾਅਦ ਵਿੱਚ ਛੱਕ ਲਿਆ ਕਰੋ। ਅਸੀਂ ਵੀ ਇਹੀ ਮੰਨਦੇ ਹਾਂ ਕਿ ਜਦ ਵੀ ਅਸੀਂ ਲੰਗਰ ਪ੍ਰਸ਼ਾਦਾ ਬਣਾਉਂਦੇ ਹਾਂ, ਜਦ ਵੀ ਅਸੀਂ ਆਟਾ ਗੁੰਨਦੇ ਹਾਂ, ਉਸ ਵੇਲੇ ਆਪਾਂ ਗੁਰਬਾਣੀ ਦਾ ਹੀ ਜਾਪ ਕਰਦੇ ਰਹੀਏ, ਉਸ ਵੇਲੇ ਆਪਾਂ ਗੱਲਾਂ ਨਾ ਕਰੀਏ, ਕਿਉਂਕਿ ਜੈਸਾ ਅੰਨ ਤੈਸਾ ਮਨ। ਸਾਡਾ ਗੁਰਬਾਣੀ ਪੜ੍ਹਨ ਦਾ, ਗੁਰਬਾਣੀ ਗਾਉਣ ਦਾ ਪ੍ਰਸ਼ਾਦੇ ਜਲ ਪਾਣੀ ਦੇ ਉੱਤੇ ਵੀ ਅਸਰ ਪੈਂਦਾ ਹੈ ਅਤੇ ਇਹ ਸਾਤਵਿਕ ਪ੍ਰਭਾਵ ਸਾਡੇ ਮਨ ਉੱਤੇ ਵੀ ਜਾ ਕੇ ਪੈਂਦਾ ਹੈ। ਖੈਰ, ਆਪਾਂ ਗੱਲ ਕਰੀਏ ਉਹਨਾਂ ਸ਼ੰਕਾਵਾਦੀ ਪ੍ਰਚਾਰਕਾਂ ਬਾਰੇ ਜਿਹੜੇ ਹਰ ਵਾਰੀ ਗੁਰਮਤ ਦੇ ਕਿਸੇ ਨਾ ਕਿਸੇ ਅਸੂਲ ਉੱਤੇ ਕਟਾਕਸ਼ ਕਰਦੇ ਨੇ। ਆਓ ਤੁਹਾਨੂੰ ਇੱਕ ਵੀਡੀਓ ਸੁਣਾਈਏ। ਮੈਨੂੰ ਸਬੂਤ ਲਿਆ ਕੇ ਦੇ ਵੀ ਅੰਮ੍ਰਿਤ ਸੰਚਾਰ ਦੇ ਵਿਰੁੱਧ ਮੈਂ ਅੱਜ ਤੱਕ ਕੋਈ ਸਟੇਟਮੈਂਟ ਦਿੱਤੀ ਹੋਵੇ ਤਾਂ। ਜੇ ਹੁਣ ਕੋਈ ਬਾਬਾ ਕਵੇ ਵੀ ਕੋਲ ਰੱਖ ਲਓ ਪਾਣੀ ਤੇ ਪੰਜ ਬਾਣੀਆਂ ਦਾ ਪਾਠ ਕਰੋ ਤੇ ਮੁੜ ਕੇ ਪਾਣੀ ਪੀ ਲਓ, ਉਹਨੂੰ ਪੁੱਛੇ ਵੀ ਬਾਬਾ ਪਾਣੀ ਤੇ ਸਾਡੇ ਵਿੱਚ ਪਹਿਲੇ ਹੈ, ਜੇ ਪਾਠ ਕਰਨਾ ਤੇ ਪਾਣੀ ਤੇ, ਜੇ ਇਹੋ ਜਿਹੀਆਂ ਗੱਲਾਂ ਨੇ ਕੋਈ ਵੀ ਗੱਲ ਜਿਹਦੇ ਤੇ ਸੈਂਸ ਹੀ ਨਾ ਬਣੇ ਕੋਈ ਵੀ, ਇਹਦਾ ਕੀ ਅਰਥ ਹੈ ਕਿ ਪਾਣੀ ਜਿਹੜਾ ਆ ਉਹ ਅੱਗੇ ਰੱਖ ਲਓ, ਪਾਣੀ ਪਵਿੱਤਰ ਹੋ ਗਿਆ, ਜਾਂ ਪਾਠ ਚੱਲਦਾ ਪਾਠ ਕੋਲ ਪਾਣੀ ਰੱਖ ਦਿਓ ਤੇ ਮੁੜ ਕੇ ਪਾਣੀ ਪੀ ਲਓ, ਏਦਾਂ ਥੋੜਾ ਹੁੰਦਾ। ਸੋ ਗੁਰੂ ਪਿਆਰਿਓ, ਆਪ ਜੀ ਨੇ ਸੁਣ ਲਿਆ ਕਿਸ ਪ੍ਰਕਾਰ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬਾਣੀ ਦੀ ਸ਼ਕਤੀ ਜਿਹੜੀ ਪਾਣੀ ਦੇ ਉੱਤੇ ਪੈਂਦੀ ਹੈ ਉਹਨੂੰ ਨਹੀਂ ਮੰਨਦੇ ਅਤੇ ਉਹਨੂੰ ਨੌਨਸੈਂਸ ਕਹਿੰਦੇ ਨੇ, ਅਤੇ ਉਹਨਾਂ ਦੇ ਮੁਤਾਬਿਕ ਸਾਡੀ ਬੋਡੀ ਦੇ ਅੰਦਰ ਆਲਰੇਡੀ ਪਾਣੀ ਹੈਗਾ ਅਤੇ ਸਾਨੂੰ ਫਿਰ ਬਾਣੀ ਪਾਣੀ ਦੇ ਉੱਤੇ ਪੜ੍ਹਨ ਦੀ ਕੀ ਲੋੜ ਹੈ। ਅਤੇ ਮੈਂ ਪਿਆਰੇ ਪਿਆਰੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਪਾਣੀ ਸਾਡੇ ਅੰਦਰ ਹੀ ਹੈ ਅਤੇ ਇਸ਼ਨਾਨ ਕਰਨ ਵੇਲੇ ਤੁਸੀਂ ਅੰਦਰੋਂ ਪਾਣੀ ਕੱਢ ਕੇ ਕਿਉਂ ਨਹੀਂ ਇਸ਼ਨਾਨ ਕਰ ਲੈਂਦੇ, ਬਾਥਰੂਮ ਜਾ ਕੇ ਕਿਉਂ ਪਾਣੀ ਲੈਂਦੇ ਹੋ ਜੇ ਪਾਣੀ ਅੰਦਰ ਹੀ ਬੈਠਾ ਹੈ ਤਾਂ? ਬੜੀ ਸਿੰਪਲ ਜੀ ਗੱਲ ਹੈ। ਖੈਰ, ਆਪਣਾ ਅੱਜ ਦਾ ਵਿਸ਼ਾ ਇਹ ਨਹੀਂ ਹੈ, ਅੱਜ ਆਪਾਂ ਤੁਹਾਨੂੰ ਸਾਇੰਸ ਦੇ ਹਵਾਲਿਆਂ ਨਾਲ ਦਿਖਾਵਾਂਗੇ ਕਿਸ ਪ੍ਰਕਾਰ ਇੱਕ ਪ੍ਰੇਅਰ ਕਰਨ ਨਾਲ, ਚੰਗੀ ਗੱਲਾਂ ਕਰਨ ਨਾਲ ਉਹਦਾ ਪਾਣੀ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ, ਅਤੇ ਜੇ ਪਾਣੀ ਦੇ ਲਾਗੇ ਛਾਗੇ ਬੈਠ ਕੇ ਗੰਦੀਆਂ ਗੱਲਾਂ ਕੀਤੀਆਂ ਜਾਣ, ਮਾੜੇ ਬੋਲ ਬੋਲੇ ਜਾਣ, ਤਾਂ ਉਹਦਾ ਕੀ ਦੁਸ਼ਪ੍ਰਭਾਵ ਪੈਂਦਾ ਹੈ। ਜਪਾਨ ਦੇ ਇੱਕ ਰਿਸਰਚਰ ਨੇ ਜਿਹਦਾ ਨਾਮ ਮੈਸਾਰੋ ਇਮੋਟੋ ਹੈ, ਉਹਦੇ ਰਿਸਰਚ ਦੇ ਥਰੂ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ। ਇੱਕ ਪਹਿਲੀ ਵੀਡੀਓ ਜਿਹੜੀ ਤੁਹਾਨੂੰ ਦਿਖਾਵਾਂਗੇ ਉਹਦੇ ਵਿੱਚ ਚਾਵਲ ਦੇ ਉੱਤੇ ਐਕਸਪੈਰੀਮੈਂਟ ਕੀਤਾ ਗਿਆ। ਤਿੰਨ ਡੱਬਿਆਂ ਵਿੱਚ ਚਾਵਲ ਲਏ ਗਏ, ਇੱਕ ਡੱਬੇ ਦੇ ਅੰਦਰ ਐਰੀਗੈਤੋ ਬੋਲਿਆ ਗਿਆ, ਦੂਜੇ ਡੱਬੇ ਨੂੰ ਬਾਕਾ ਮੋਨੋ ਬੋਲਿਆ ਗਿਆ ਅਤੇ ਤੀਜੇ ਡੱਬੇ ਵਿੱਚ ਕੁਛ ਨਹੀਂ ਬੋਲਿਆ ਗਿਆ। ਐਰੀਗੈਤੋ ਦਾ ਭਾਵ ਹੁੰਦਾ ਹੈ ਥੈਂਕ ਯੂ, ਕਿਉਂਕਿ ਦਾਸ ਨੇ ਜੈਪਨੀਜ਼ ਵੀ ਇੱਕ ਸਾਲ ਪੜ੍ਹੀ ਹੈ ਅਤੇ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਦ ਤੁਸੀਂ ਥੈਂਕ ਯੂ ਬੋਲਣਾ ਤਾਂ ਐਰੀਗੈਤੋ ਐਰੀਗੈਤੋ ਗੁਜ਼ਾਇਮਾਸ ਇਸ ਤਰ੍ਹਾਂ ਕਰਕੇ ਬੋਲਣਾ ਹੈ, ਅਤੇ ਜੇ ਇਡੀਅਟ ਬੋਲਣਾ, ਵੈਸੇ ਤਾਂ ਬੋਲਣਾ ਹੀ ਨਹੀਂ ਹੈ ਪਰ ਇਡੀਅਟ ਦਾ ਦੱਸਿਆ ਸੀਗਾ ਕਿ ਜੈਪਨੀਜ਼ ਵਿੱਚ ਕਹਿੰਦੇ ਨੇ ਬਾਕਾ। ਸੋ ਉਹ ਜਿਹੜਾ ਰਿਸਰਚਰ ਹੈ ਉਸਨੇ ਚਾਵਲ ਵਿੱਚ ਪਾਣੀ ਪਾ ਕੇ 30 ਦਿਨ ਤੱਕ ਲਗਾਤਾਰ ਉਹਦੇ ਵਿੱਚ ਇੱਕ ਡੱਬੇ ਵਿੱਚ ਚੰਗੀਆਂ ਗੱਲਾਂ ਥੈਂਕ ਯੂ ਬੋਲੀ, ਇੱਕ ਵਿੱਚ ਉਹਨੇ ਕਿਹਾ ਯੂ ਆਰ ਐਨ ਇਡੀਅਟ, ਤੂੰ ਬੇਕਾਰ ਹੈ, ਅਤੇ ਤੀਜੇ ਵਾਲੇ ਵਿੱਚ ਕੁਛ ਨਹੀਂ ਬੋਲਿਆ। ਅਤੇ ਉਹਨੇ ਜਦ ਰਿਸਰਚ ਕੀਤਾ ਤਾਂ ਉਹਨੇ ਦੇਖਿਆ ਕਿ ਪਹਿਲਾ ਡੱਬਾ ਜਿਹੜਾ ਸੀਗਾ ਉਹਦੇ ਵਿੱਚ ਚਾਵਲ ਫਰਮੈਂਟ ਹੋਣ ਲੱਗ ਪਏ ਨੇ, ਦੂਜੇ ਡੱਬੇ ਵਿੱਚ ਚਾਵਲ ਸੜ ਗਏ ਨੇ, ਅਤੇ ਤੀਜੇ ਵਿੱਚ ਖਰਾਬ ਹੋਣੇ ਸ਼ੁਰੂ ਹੋ ਗਏ ਨੇ। ਆਓ ਤੁਹਾਨੂੰ ਵੀਡੀਓ ਦਿਖਾਈਏ ਅਤੇ ਫਿਰ ਆਪਾਂ ਗੱਲ ਕਰਾਂਗੇ। Dr. Emoto conducted another groundbreaking experiment. He placed rice into 3 glass beakers and covered it with water. And then every day for a month he said thank you to one beaker. You're an idiot to the second. And the third one he completely ignored. After 1 month, the rice that had been thanked began to ferment, giving off a strong, pleasant aroma. The rice in the second beaker turned black. And the rice that was ignored began to rot. Dr. Emoto feels that this experiment provides an important lesson, especially with regard to how we treat children. In this experiment, Dr. Emoto's researchers used a glass of Tokyo tap water, which seems to be unable to form crystals, and performed a test. Participants placed the glass in the center of their circle and sent gratitude to the water. Studying the water under the microscope, they started to see a crystal formation.
Increased magnification showed the symmetry of the crystal, revealing how the tap water was transformed by the gratitude sent by the group. The crystal continued to grow, expressing the energies received. The tap water from Tokyo finally produced a beautiful crystal. It was interesting to see children so completely astonished after they witnessed the difference in Tokyo tap water, before and after they sent the prayer. Their mothers were kind of skeptical before this experiment. But afterwards, they said, "We really have to believe it." ਸੋ ਗੁਰੂ ਪਿਆਰਿਓ, ਪਾਣੀ ਵੀ ਸਾਡੇ ਬੋਲਾਂ ਦਾ, ਸਾਡੀ ਸੋਚ ਦਾ ਅਸਰ ਕਬੂਲਦਾ ਹੈ। ਸੋ ਜਦ ਵੀ ਅਸੀਂ ਜਲ ਛਕੀਏ, ਪ੍ਰਸ਼ਾਦਾ ਬਣਾਈਏ, ਤਾਂ ਗੁਰਬਾਣੀ ਹੀ ਪੜ੍ਹਦੇ ਹੋਈਏ, ਗੱਲਾਂ ਨਾ ਕਰਦੇ ਹੋਈਏ। ਸੋ ਗੁਰੂ ਪਿਆਰਿਓ, ਆਓ ਤੁਹਾਨੂੰ ਦਿਖਾਈਏ ਕਿ ਕਿਸ ਪ੍ਰਕਾਰ ਅਗਰ ਗੁਰਸਿੱਖ ਜਲ ਦੇ ਉੱਤੇ ਬਾਣੀ ਪੜ੍ਹਨ ਅਤੇ ਉਹਨੂੰ ਛਕਣ, ਤਾਂ ਉਹਦਾ ਸਰੀਰ ਦੇ ਉੱਤੇ ਕੀ ਅਸਰ ਹੁੰਦਾ ਹੈ। ਸੋ ਗੁਰੂ ਪਿਆਰਿਓ, ਇਹ ਸਾਖੀ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ। ਇਹ ਉਹਨਾਂ ਦੀ ਪੁਸਤਕ ਸੇ ਕਿਨੇਹਿਆ ਵਿੱਚ ਲਿਖੀ ਹੋਈ ਹੈ। ਇਹਦੇ ਵਿੱਚ ਉਹ ਲਿਖਦੇ ਨੇ ਕਿ ਇੱਕ ਵਾਰੀ ਸੇਵਾ ਸਿੰਘ ਜੀ, ਜਿਹੜੇ ਹੁਣ ਰਾਮਪੁਰ ਖੇੜੇ ਗੁਰਦੁਆਰੇ ਸਾਹਿਬ ਦੀ ਸੇਵਾ ਸੰਭਾਲ ਕਰਦੇ ਨੇ, ਉਹਨਾਂ ਨੂੰ 1960 ਵਿੱਚ ਟਾਈਫਾਇਡ ਹੋ ਗਿਆ। ਡਾਕਟਰਾਂ ਨੂੰ ਵੀ ਦਿਖਾਇਆ, ਡਾਕਟਰਾਂ ਨੇ ਦਵਾਈ ਵੀ ਦਿੱਤੀਆਂ, ਸਾਰੀ ਪਰਹੇਜ਼ ਵੀ ਰੱਖੀ, ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਉਹਨਾਂ ਨੇ ਪ੍ਰਸ਼ਾਦਾ ਪਾਣੀ ਵੀ ਬੰਦ ਕੀਤਾ ਹੋਇਆ ਸੀ, ਜਿਸ ਕਰਕੇ ਉਹਨਾਂ ਦੀ ਤਬੀਅਤ ਕਮਜ਼ੋਰ ਹੋਦੀ ਪਈ ਸੀਗੀ। ਅਤੇ ਬਾਬਾ ਜੀ ਇੱਕ ਹਫ਼ਤੇ ਵਾਸਤੇ ਗੁਰਦੁਆਰੇ ਸਾਹਿਬ ਤੋਂ ਬਾਹਰ ਗਏ ਹੋਏ ਸੀਗੇ। ਜਦ ਵਾਪਸ ਆਏ ਤਾਂ ਉਹਨਾਂ ਨੇ ਪੁੱਛਿਆ ਕਿ ਤੈਨੂੰ ਕੀ ਹੋਇਆ, ਅਤੇ ਉਹਨਾਂ ਨੇ ਕਿਹਾ ਕਿ ਇਸ ਪ੍ਰਕਾਰ ਟਾਈਫਾਇਡ ਹੋਇਆ ਅਤੇ ਸਾਰੀ ਵਿਥਾ ਸੁਣਾਈ। ਅਤੇ ਬਾਬਾ ਜੀ ਨੇ ਕਿਹਾ, ਹੁਣ ਦਵਾਈਆਂ ਖਾਣ ਦੀ ਲੋੜ ਨਹੀਂ ਹੈ, ਤੈਨੂੰ ਠੀਕ ਕਰ ਦੇਣਾ ਆ। ਸੋ ਸੇਵਾ ਸਿੰਘ ਜੀ ਨੂੰ ਵੀ ਹੌਸਲਾ ਹੋ ਗਿਆ ਕਿ ਹੁਣ ਬਾਬਾ ਜੀ ਆ ਗਏ ਨੇ ਅਤੇ ਹੁਣ ਮੈਂ ਜ਼ਰੂਰ ਠੀਕ ਹੋ ਜਾਣਾ ਹੈ। ਅਤੇ ਬਾਬਾ ਜੀ ਨੇ ਆਪਣੇ ਪ੍ਰੇਮੀਆਂ ਨੂੰ ਕਿਹਾ, ਪ੍ਰੇਮੀਆਂ ਸਰਬ ਲੋ ਦਾ ਬਾਟਾ ਲੈ ਆਵੀਂ। ਸੋ ਇਸ ਪ੍ਰਕਾਰ ਉਹ ਬਾਟਾ ਲੈ ਆਏ ਅਤੇ ਬਾਬਾ ਜੀ ਨੇ ਉਹਦੇ ਵਿੱਚ ਜਲ ਪਾ ਕੇ ਅਤੇ ਆਪਣੀ ਸ਼੍ਰੀ ਸਾਹਿਬ ਕੱਢੀ, ਸ਼੍ਰੀ ਸਾਹਿਬ ਨੂੰ ਇਸ਼ਨਾਨ ਕਰਾ ਕੇ ਉਹਦੇ ਵਿੱਚ ਫੇਰਨ ਲੱਗ ਪਏ ਅਤੇ ਨਾਲ ਦੇ ਨਾਲ ਪੰਜ ਬਾਣੀਆਂ ਦਾ ਪਾਠ ਵੀ ਕਰਨ ਲੱਗ ਪਏ, ਜਿਸ ਪ੍ਰਕਾਰ ਅੰਮ੍ਰਿਤ ਸੰਚਾਰ ਵਿੱਚ ਹੁੰਦਾ ਹੈ। ਸੋ ਇਸ ਪ੍ਰਕਾਰ ਉਹਨਾਂ ਨੇ ਬਾਣੀ ਦਾ ਪਾਠ ਕੀਤਾ, ਗੁਰੂ ਸਾਹਿਬ ਨੂੰ ਅਰਦਾਸ ਕੀਤੀ ਅਤੇ ਉਹ ਜਲ ਸੇਵਾ ਸਿੰਘ ਜੀ ਨੂੰ ਛਕਾ ਦਿੱਤਾ। ਅਤੇ ਰਾਤੋਂ ਰਾਤ ਸੇਵਾ ਸਿੰਘ ਜੀ ਦਾ ਬੁਖਾਰ ਉਤਰ ਗਿਆ, ਉਹਨਾਂ ਨੂੰ ਪਤਾ ਵੀ ਨਹੀਂ ਚੱਲਿਆ ਕਿ ਕਦ ਮੈਂ ਠੀਕ ਹੋ ਗਿਆ। ਸੋ ਇਸ ਪ੍ਰਕਾਰ ਤੁਸੀਂ ਉਹਨਾਂ ਦੀ ਪੁਸਤਕ ਸੇ ਕਿਨੇਹਿਆ ਵਿੱਚ ਵੀ ਪੜ੍ਹ ਸਕਦੇ ਹੋ। ਸੋ ਇਹ ਹੈ ਗੁਰਬਾਣੀ ਦੀ ਸ਼ਕਤੀ। ਅਤੇ ਅੱਜ ਤੋਂ ਕੁਝ ਸਾਲ ਪਹਿਲਾਂ ਬਾਸੂ ਭਾਰਦਵਾਜ, ਜਿਹੜੇ USA ਦੇ ਸਾਇੰਟਿਸਟ ਸੀਗੇ, ਜਿਹੜੇ ਨਾਸਤਿਕ ਥੇ, ਰੱਬ ਵਿੱਚ ਵੀ ਵਿਸ਼ਵਾਸ ਨਹੀਂ ਕਰਦੇ ਸੀ, ਉਹਨਾਂ ਨੂੰ ਕੈਂਸਰ ਹੋ ਗਿਆ। ਡਾਕਟਰਾਂ ਨੇ ਵੀ ਕਹਿਤਾ ਕਿ ਤੂੰ ਜ਼ਿਆਦਾ ਤੋਂ ਜ਼ਿਆਦਾ ਇੱਕ ਮਹੀਨੇ ਦਾ ਮਹਿਮਾਨ ਹੈ। ਉਹਨਾਂ ਦੇ ਦੋਸਤਾਂ ਯਾਰਾਂ ਨੇ ਕਿਹਾ ਕਿ ਦਰਬਾਰ ਸਾਹਿਬ ਚੱਲ, ਦਰਬਾਰ ਸਾਹਿਬ ਚੱਲ। ਉਹ ਨਹੀਂ ਸਾਇੰਟਿਸਟ ਸੀਗਾ, ਮੰਨਦਾ ਨਹੀਂ ਸੀ, ਨਾਸਤਿਕ ਸੀ, ਪਰ ਆਪਣੇ ਪਰਿਵਾਰ ਦਾ ਦਿਲ ਰੱਖਣ ਵਾਸਤੇ ਉਹ ਮੰਨ ਗਿਆ ਅਤੇ ਦਰਬਾਰ ਸਾਹਿਬ ਅਖੰਡ ਪਾਠ ਸਾਹਿਬ ਕਰਵਾਇਆ। ਅਤੇ ਉਸ ਤੋਂ ਬਾਅਦ ਕੀ ਕੌਤਕ ਵਰਤਿਆ, ਕੀ ਕਰਿਸ਼ਮਾ ਵਰਤਿਆ, ਉਹ ਤਾਂ ਤੁਸੀਂ YouTube 'ਤੇ ਅਗਰ ਬਾਸੂ ਭਾਰਦਵਾਜ USA ਸਾਇੰਟਿਸਟ ਇਨ ਗੋਲਡਨ ਟੈਂਪਲ ਲਿਖੋਗੇ ਤਾਂ ਤੁਹਾਡੇ ਅੱਗੇ ਉਹ ਵੀਡੀਓ ਆ ਜਾਏਗੀ, ਜਿਹਦੇ ਵਿੱਚ ਉਹ ਖੁਦ ਬੋਲ ਰਿਹਾ ਹੈ ਕਿ ਕਿਸ ਪ੍ਰਕਾਰ ਮੈਂ ਨਾਸਤਿਕ ਸੀਗਾ, ਮੈਂ ਰੱਬ ਵਿੱਚ ਨਹੀਂ ਵਿਸ਼ਵਾਸ ਕਰਦਾ ਸੀਗਾ, ਪਰ ਦਰਬਾਰ ਸਾਹਿਬ ਮੇਰੀ ਅੱਖਾਂ ਅੱਗੇ ਜਿਹੜਾ ਕਰਿਸ਼ਮਾ ਹੋਇਆ, ਸਾਰਿਆਂ ਨੇ ਵੇਖਿਆ ਕਿ ਚਾਰ ਬੰਦੇ ਮੈਨੂੰ ਚੁੱਕ ਕੇ ਦਰਬਾਰ ਸਾਹਿਬ ਲੈ ਕੇ ਆਏ ਸੀਗੇ, ਪਰ ਹੁਣ ਮੈਂ ਦਰਬਾਰ ਸਾਹਿਬ ਦੀ ਪਰਿਕਰਮਾ ਵੀ ਕਰ ਰਿਹਾ ਅਤੇ ਮੈਂ ਨਿਰੋਗ ਹੋ ਗਿਆ ਹਾਂ। ਇਸ ਪ੍ਰਕਾਰ ਤੁਸੀਂ ਉਹਨਾਂ ਦੀ ਵੀਡੀਓ ਵੀ ਵੇਖ ਸਕਦੇ ਹੋ। ਆਓ ਪਿਆਰਿਓ, ਹੁਣ ਆਪਾਂ ਗੱਲ ਕਰੀਏ ਕਲਗੀਧਰ ਪਿਤਾ ਜੀ ਬਖਸ਼ੀ ਹੋਈ ਸਭ ਤੋਂ ਅਮੁੱਲੀ ਦਾਤ, ਖੰਡੇ ਬਾਟੇ ਦੀ ਪਾਹੁਲ, ਅੰਮ੍ਰਿਤ ਦੀ ਦਾਤ ਜਿਹੜੀ ਹੈ, ਉਸ ਬਾਰੇ ਆਪਾਂ ਗੱਲ ਕਰਾਂਗੇ ਕਿ ਅੰਮ੍ਰਿਤ ਕੀ ਹੈ, ਅੰਮ੍ਰਿਤ ਕਿਵੇਂ ਪ੍ਰਾਪਤ ਹੁੰਦਾ ਹੈ, ਅੰਮ੍ਰਿਤ ਕਿਵੇਂ ਬਣਦਾ ਹੈ। ਸੋ ਇਸ ਪ੍ਰਥਾਏ ਇੱਕ ਪੁਸਤਕ ਹੈ ਅੰਮ੍ਰਿਤ ਕੀ ਹੈ, ਜਿਹੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੁਆਰਾ ਲਿਖਿਤ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ 16 ਸਾਲ ਜੇਲ੍ਹਾਂ ਵਿੱਚ ਕੱਟੀਆਂ, ਪੰਥ ਵਾਸਤੇ, ਦੇਸ਼ ਵਾਸਤੇ ਸੰਘਰਸ਼ ਕੀਤਾ, ਗੁਰਮਤ ਰਹਿਣੀ ਬਹਿਣੀ ਦੇ ਆਦਰਸ਼ ਸੀ ਉਹਨਾਂ ਦਾ ਜੀਵਨ, ਇੱਕ ਗੁਰਮੁਖ ਜੀਵਨ ਸੀਗਾ। ਜਦ ਇੱਕ ਵਾਰੀ ਉਹ ਆਂਧਰਾ ਪ੍ਰਦੇਸ਼ ਦੀ ਜੇਲ੍ਹ ਵਿੱਚ ਸੀਗੇ ਅਤੇ ਉੱਥੇ ਕੀ ਹੋਇਆ ਉਹਦਾ ਮੈਂ ਤੁਹਾਨੂੰ ਵਿਅਥਾ ਪੜ੍ਹ ਕੇ ਸੁਣਾਉਂਦਾ ਹਾਂ। ਆਂਧਰਾ ਪ੍ਰਦੇਸ਼ ਦੀ ਰਾਜ ਮੰਦਰੀ ਜੇਲ੍ਹ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਤੇ ਉਹਨਾਂ ਦੇ ਗੁਰਮੁਖ ਸਾਥੀ ਗੁਰਬਾਣੀ ਦਾ 8ਪਹਿਰ ਪਾਠ ਪ੍ਰਵਾਹ ਜਾਰੀ ਰੱਖਿਆ ਕਰਦੇ ਸਨ। ਇੱਕ ਦਿਨ ਭਾਈ ਕਰਤਾਰ ਸਿੰਘ ਜੀ ਕੈਨੇਡੀਅਨ ਦਾ ਪਾਠ ਸੁਣ ਕੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਕਿਹਾ, ਪ੍ਰੇਮ ਹੈ, ਵੈਰਾਗ ਹੈ, ਪਰ ਅਫਸੋਸ, ਰਸ ਨਹੀਂ।
ਸੋ ਇਹਨਾਂ ਕਟਾਕਸ਼ ਭਰਿਆ ਵਚਨਾਂ ਨੇ ਭਾਈ ਕਰਤਾਰ ਸਿੰਘ ਦੇ ਮਨ ਵਿੱਚ ਇੱਕ ਅਜੀਬ ਵੇਦਨਾ ਜਗਾ ਦਿੱਤੀ। ਇਸ ਵੇਦਨਾ ਤੋਂ ਉਹਨਾਂ ਦੇ ਮਨ ਵਿੱਚ ਇਹ ਜਾਣਨ ਦੀ ਆਕਾਂਖਿਆ ਉੱਠੀ ਕਿ ਰਸ ਕੀ ਹੈ ਅਤੇ ਅੰਮ੍ਰਿਤ ਕੀ ਹੈ। ਇਸ ਕਾਂਡ ਵਿੱਚ ਭਾਈ ਕਰਤਾਰ ਸਿੰਘ ਨੇ ਆਪਣੀ ਦੁਵਿਧਾ ਵਿੱਚ ਘਿਰੇ ਮਨ ਦੀ ਅਵਸਥਾ ਪ੍ਰਗਟ ਕੀਤੀ ਹੈ। ਅੰਮ੍ਰਿਤ ਕਲਾ ਅਤੇ ਗੁਰਮਤ ਰਹੱਸਵਾਦ ਦੇ ਰਸ ਰੰਗਾਂ ਦੇ ਅਨੁਭਵ ਪ੍ਰਕਾਸ਼ ਬਾਰੇ ਜੋ ਵਿਚਾਰ ਗੋਸ਼ਟੀ ਉਹਨਾਂ ਦੀ ਭਾਈ ਸਾਹਿਬ ਜੀ ਨਾਲ ਹੋਈ ਉਹ ਇਸ ਤੋਂ ਅਗਲੇ ਕਾਂਡਾਂ ਵਿੱਚ ਭਾਈ ਸਾਹਿਬ ਕਰਤਾਰ ਸਿੰਘ ਜੀ ਨੇ ਅੰਕਿਤ ਕੀਤੀ ਹੈ। ਸੋ ਇਹ ਪੁਸਤਕ ਅੰਮ੍ਰਿਤ ਕੀ ਹੈ ਤੁਸੀਂ ਪੜ੍ਹੋਗੇ ਤਾਂ ਬੜੀ ਰਹੱਸਵਾਦੀਆਂ ਗੱਲਾਂ ਆਪ ਜੀ ਨੂੰ ਸਮਝ ਲੱਗਣਗੀਆਂ। ਫਿਰ ਵੀ ਮੈਂ ਉਹਦੇ ਵਿੱਚੋਂ ਕੁਛ ਅੰਸ਼ ਆਪ ਜੀ ਨੂੰ ਦੱਸ ਰਿਹਾ ਹਾਂ। ਕਰਤਾਰ ਸਿੰਘ ਜੀ ਕੈਨੇਡੀਅਨ ਨੇ 4 ਸਵਾਲ ਪੁੱਛੇ ਕਿ ਅੰਮ੍ਰਿਤ ਰਸ ਹਰ ਇੱਕ ਅੰਮ੍ਰਿਤ ਛਕਣ ਵਾਲੇ ਨੂੰ ਪ੍ਰਾਪਤ ਹੋ ਸਕਦਾ ਹੈ, ਮੈਨੂੰ ਅੰਮ੍ਰਿਤ ਰਸ ਕਿਉਂ ਪ੍ਰਾਪਤ ਨਹੀਂ ਹੋਇਆ, ਕੀ ਕਮੀ ਰਹਿ ਗਈ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਮੈਨੂੰ ਰਸ ਨਹੀਂ ਲੱਭਾ, ਅਤੇ 4th ਸਵਾਲ ਜਿਹੜਾ ਪੁੱਛਿਆ ਮੈਂ ਰਸ ਲੱਭਣ ਵਾਸਤੇ ਕਿਹੜੇ ਸਾਧਨ ਕਰਾਂ। ਸੋ ਭਾਈ ਸਾਹਿਬ ਜੀ ਨੇ ਸਾਰੇ ਸਵਾਲਾਂ ਦਾ ਜਵਾਬ ਉਹਨਾਂ ਨੂੰ ਸਮਝਾਇਆ। ਸੋ ਅੰਮ੍ਰਿਤ ਛਕਾਉਣ ਦੀ ਗੁਰਮਤ ਵਿਧੀ ਦੇ 7 ਪੁਆਇੰਟਸ ਲਿਖੇ ਨੇ, ਮੈਂ ਤੁਹਾਨੂੰ 7ਵਾਂ ਪੁਆਇੰਟ ਜਿਹੜਾ ਅਖੀਰਲਾ ਪੁਆਇੰਟ ਹੈ ਉਹ ਪੜ੍ਹ ਕੇ ਸੁਣਾ ਰਿਹਾ ਹਾਂ। 5 ਗੁਰਬਾਣੀਆਂ ਦਾ ਪਾਠ 5 ਪਿਆਰੇ ਇੱਕ ਇੱਕ ਬਾਣੀ ਦਾ ਪਾਠ ਵਾਰੀ ਸਿਰ ਕਰਦੇ ਹਨ, ਸਾਥ ਹੀ ਆਪੋ ਆਪਣੀ ਸੱਜੇ ਹੱਥ ਨਾਲ ਗੁਰਬਾਣੀ ਪੜ੍ਹਨ ਵਾਲਾ ਖੰਡੇ ਨੂੰ ਬਾਟੇ ਵਿੱਚ ਰਗੜਵਾਂ ਚਲਾਈ ਜਾਂਦਾ ਹੈ, ਜਿਸ ਰਗੜ ਨਾਲ ਬਿਜਲੀ ਪੈਂਦਾ ਹੁੰਦੀ ਹੈ, ਜੋ ਕਿ ਜਲ ਵਿੱਚ ਦੀ ਹੁੰਦੀ ਹੋਏ ਬਾਟੇ ਨੂੰ ਲਾਈਆਂ ਤਾਰਾਂ, ਜੋ 5 ਪਿਆਰਿਆਂ ਦੇ ਹੱਥਾਂ ਦੁਆਰਾ 5 ਹੀ ਸੰਗਾਂ ਦੇ ਹਿਰਦੇ ਵਿੱਚ ਪੁੱਜਦੀ ਹੋਈ 10 ਹੀ ਅੱਖਾਂ ਵਿਚਲੀ ਜਲ ਉੱਤੇ ਨਿਗਾਹ ਜਮਾਉਣ ਕਰਕੇ ਬਾਟੇ ਵਿੱਚ ਮੈਸਮਰੇਜ਼ਮੀ ਤਾਕਤ ਭਰਦੀ ਹੈ। ਸਾਥ ਹੀ ਹਰ ਇੱਕ ਪਿਆਰੇ ਦਾ ਸੱਜਾ ਹੱਥ ਸਵਿੱਚ ਬਣ ਕੇ ਬਿਜਲੀ ਦੀ ਲਹਿਰ ਨੂੰ 5 ਹੀ ਹਿਰਦਿਆਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਤਾਬੇ 5 ਹੀ ਪਿਆਰਿਆਂ ਦੀ ਗੁਰ ਸ਼ਕਤੀ ਸਾਂਝੀ ਹੋ ਕੇ ਅੰਮ੍ਰਿਤ ਸ਼ਕਤੀ ਅਤੇ ਅੰਮ੍ਰਿਤ ਭੰਡਾਰ ਨੂੰ ਪੂਰਨ ਕਰਦੀ ਹੈ। ਅੰਮ੍ਰਿਤ ਅਭਿਲਾਖੀ ਸੱਜਣਾ ਦੀ ਅੰਮ੍ਰਿਤ ਪਾਤਰਤਾ ਅਤੇ ਭਾਵਨਾ ਅਨੁਸਾਰ ਨਾਮ ਰੰਗ ਚੜ੍ਹਦਾ ਹੈ। ਸਾਇੰਸਦਾਨਾਂ ਨੇ ਅੱਜ ਕੱਲ੍ਹ ਬਿਜਲੀ ਤੋਂ ਕੰਮ ਲੈਣ ਦੀਆਂ ਨਵੀਨ ਕਾਢਾਂ ਕੱਢੀਆਂ ਹਨ। ਰੂਹਾਂ ਅਤੇ ਇਲਮ ਵਾਲਿਆਂ ਨੇ ਮੈਸਮਰਿਜ਼ਮ ਰਾਹੀਂ ਰੂਹਾਂ ਨੂੰ ਸਦਣਾ ਆਦਿ ਤਰੀਕੇ ਕੱਢੇ ਹਨ। ਗੁਰੂ ਸਾਹਿਬ ਨੇ ਦੋਵੇਂ ਹੀ ਮਿਲਾ ਕੇ ਅੰਮ੍ਰਿਤ ਛਕਾਉਣ ਦਾ ਨਵਾਂ ਤਰੀਕਾ ਪ੍ਰਚਲਿਤ ਕੀਤਾ ਹੈ। ਸੋ ਗੁਰੂ ਪਿਆਰਿਓ, ਜਦ ਪੂਰਨ ਗੁਰਮਤ ਮਰਿਆਦਾ ਅਨੁਸਾਰ ਅੰਮ੍ਰਿਤ ਸੰਚਾਰ ਹੁੰਦਾ ਹੈ ਅਤੇ ਅੰਮ੍ਰਿਤ ਅਮਲਾਖੀ ਦੀ ਵੀ ਪੂਰੀ ਪਰਖ ਸੋਧ ਹੁੰਦੀ ਹੈ ਅਤੇ ਕਲਗੀਧਰ ਪਿਤਾ ਜੀ ਅੰਮ੍ਰਿਤ ਵਿੱਚ ਵਰਤ ਕੇ ਇਹੋ ਜਿਹੀ ਕਲਾ ਵਰਤਾਉਂਦੇ ਨੇ ਕਿ ਉਸ ਕਲਾ ਦਾ ਵਰਣਨ ਸ਼ਬਦਾਂ ਵਿੱਚ ਕਰਨਾ ਤਾਂ ਬਹੁਤ ਹੀ ਅਸੰਭਵ ਹੈ। ਸਿਰਫ ਉਦਾਹਰਣ ਵਜੋਂ ਆਪ ਜੀ ਨੂੰ ਇੱਕ ਉਦਾਹਰਣ ਦਿੰਦਾ ਹਾਂ, ਜਦ ਅੰਮ੍ਰਿਤ ਸੰਚਾਰ ਪੂਰਨ ਗੁਰਮਤ ਵਿਧੀ ਅਨੁਸਾਰ ਹੁੰਦਾ ਹੈ ਅਤੇ ਉਹ ਕੀ ਕਲਾ ਵਰਤਾ ਸਕਦਾ ਹੈ। ਇਹ ਸਾਖੀ ਰੰਗਲੇ ਸੱਜਣ ਪੁਸਤਕ ਵਿੱਚ ਭਾਈ ਗੁਰਬਖਸ਼ ਸਿੰਘ ਜੀ ਕਮਾਲਪੁਰੀਆ ਵਾਲੇ ਚੈਪਟਰ ਵਿੱਚ ਹੈਗੀ, ਜਿਹਦੇ ਵਿੱਚ ਭਾਈ ਸਾਹਿਬ ਜੀ ਲਿਖਦੇ ਨੇ ਕਿ ਅੰਮ੍ਰਿਤ ਸੰਚਾਰ ਆਰੰਭ ਹੋ ਗਿਆ। ਵੀਰ ਗੁਰਬਖਸ਼ ਸਿੰਘ ਜੀ ਨੇ ਪਹਿਲਾਂ ਹੀ ਅੰਮ੍ਰਿਤ ਦਾ ਚੁੱਲ੍ਹਾ ਛਕਿਆ ਸੀ ਕਿ ਉਹ ਇੱਕਦਮ ਲੋਟ ਪੋਟ ਦਸ਼ਾ ਵਿੱਚ ਅਲਮਸਤ ਹੋ ਗਏ। ਵੀਰ ਦੇ ਨੇਤਰਾਂ ਅੰਦਰ ਪਹਿਲਾਂ ਹੀ ਅੰਮ੍ਰਿਤ ਛੱਟਾ ਵਜਿਆ ਸੀ ਕਿ ਅੱਖੀਆਂ ਟਟਾਰੇ ਜਾ ਲੱਗੀਆਂ। 10ਵੇਂ ਦੁਆਰ ਵਿਖੇ ਅੰਮ੍ਰਿਤ ਅੰਜਲੀਆਂ ਦੇ ਸੰਚਾਰ ਹੋਣ ਸਾਰ ਹੀ ਉਸਦੇ ਕਪਾਟ ਖੁੱਲ੍ਹ ਗਏ। ਗੁਰ ਦੀਖਿਆ ਦਜੋਂ 5 ਪਿਆਰਿਆਂ ਦੁਆਰਾ ਮਿਲੀ ਤਾਂ ਉਸ ਵੀਰ ਨੂੰ ਕੋਈ ਸੁਧਬੁੱਧ ਨਾ ਰਹੀ, ਨਿਰੰਕਾਰੀ ਮੰਡਲਾਂ ਵਿੱਚ ਜਾ ਖੇਡੇ। ਉਸ ਵੀਰ ਦੇ ਚਿਹਰੇ 'ਤੇ ਜੋਤ ਝਲਕ ਝਲੀ ਨਾ ਜਾਏ, ਰੋਮ ਰੋਮ ਵਿਖੇ ਗੁਰਮਤ ਨਾਮ ਪ੍ਰਵੇਸ਼ ਹੋ ਗਿਆ। ਹਿਰਦੇ ਨਾਭੀ ਕਮਲ ਅੰਦਰ ਅੰਮ੍ਰਿਤੀਸ਼ਰ ਚਸ਼ਮਾ ਐਸਾ ਸਫੁੱਟ ਹੋਇਆ ਕਿ ਅਮਿਓ ਰਸਾਇਣੀ ਜਲਵਾ ਉਛਲ ਉਛਲ ਬਾਹਰ ਨੂੰ ਆਵੇ। ਪਿਆਰੇ ਗੁਰਬਖਸ਼ ਸਿੰਘ ਦੇ ਆਪ ਮੁਹਾਰੇ ਹੀ ਦੋਨੋਂ ਹੱਥ ਜੁੜ ਗਏ। ਐਸਾ ਪ੍ਰਤੀਤ ਹੋਵੇ ਕਿ ਅਜਰ ਨੂੰ ਜਰਨ ਦੀਆਂ ਅੰਤਰਗਤੀ ਬੇਨਤੀਆਂ ਹੋ ਰਹੀਆਂ ਹਨ। ਐਸਾ ਅਜਰ ਨੂੰ ਜਰਿਆ ਅਤੇ ਐਸਾ ਰਸ ਗਟਾਕ ਪਿਆਲਾ ਪੀਤਾ ਕਿ ਅੰਦਰੇ ਅੰਦਰ ਹੀ ਘੁੱਟ ਘੁੱਟ ਕੇ ਗਟਾਕ ਰਸ ਪੀ ਜਾਣ ਅਤੇ ਪੀਵੀ ਜਾਣ ਅਤੇ ਕਿਸੇ ਨੂੰ ਲਿਖਾਉਣ ਨਹੀਂ। ਸੋ ਪਿਆਰਿਓ, ਇਸ ਪ੍ਰਕਾਰ ਆਤਮ ਅਵਸਥਾ ਬਣ ਜਾਂਦੀ ਹੈ ਜੇ ਪੂਰਨ ਗੁਰਮਤ ਵਿਧੀ ਅਨੁਸਾਰ, ਜੇ ਭਾਂਡਾ ਸਾਫ ਹੋਵੇ, ਭਾਂਡਾ ਨਿਰਮਲ ਹੋਵੇ, 5 ਪਿਆਰੇ ਉਸ ਪ੍ਰਕਾਰ ਹੋਣ ਜਿਸ ਪ੍ਰਕਾਰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਹੋਣ, ਉਸ ਪ੍ਰਕਾਰ ਦੇ 5 ਪਿਆਰਿਆਂ ਵਿੱਚ ਕਲਗੀਧਰ ਪਿਤਾ ਵਰਤ ਕੇ ਇਸ ਪ੍ਰਕਾਰ ਦੀ ਆਤਮ ਦਸ਼ਾ ਆਪਣੇ ਜਗਿਆਸੂ ਨੂੰ ਬਖਸ਼ਿਸ਼ ਕਰ ਦਿੰਦੇ ਨੇ। ਕਲਗੀਧਰ ਪਿਤਾ ਜੀ ਦਾ ਹੁਕਮ ਸੀਗਾ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ। ਕਲਗੀਧਰ ਪਿਤਾ ਨੇ ਕਿਹਾ ਸੀਗਾ, ਜਦ ਤੱਕ ਖਾਲਸਾ ਪੰਥ ਰਹਿਤ ਮਰਿਆਦਾ ਵਿੱਚ ਦ੍ਰਿੜ ਰਹੂਗਾ, ਗੁਰਮਤ ਦੇ ਅਸੂਲਾਂ ਨੂੰ ਇਨ ਬਿਨ ਕਮਾਊਗਾ, ਤਦ ਤੱਕ ਮੈਂ ਉਹਨਾਂ ਨੂੰ ਸਾਰੀ ਬਖਸ਼ਿਸ਼ਾਂ ਦੇਵਾਂਗਾ, ਉਹਨਾਂ ਕੋਲ ਰਾਜ ਭਾਗ ਰਹਿਣਗੇ, ਸਦਾ ਚੜ੍ਹਦੀ ਕਲਾ ਵਿੱਚ ਰਹਿਣਗੇ। ਪਰ ਜੇ ਉਹ ਗੁਰਮਤ ਦੀ ਮਰਿਆਦਾ ਤੋਂ ਡਿੱਗ ਜਾਣ, ਅੰਮ੍ਰਿਤ ਵੇਲਾ ਉੱਠਣਾ ਬੰਦ ਕਰ ਦੇਣ, ਨਾਮ ਜਪਣਾ ਬੰਦ ਕਰ ਦੇਣ, ਗੁਰਬਾਣੀ ਦਾ ਅਭਿਆਸ ਕਰਨਾ ਬੰਦ ਕਰ ਦੇਣ, ਪ੍ਰੇਮ ਸਤ ਸੰਤੋਖ ਧੀਰਜ ਦਾ ਜੀਵਨ ਬਣਾਉਣਾ ਛੱਡ ਦੇਣ, ਕਾਮ ਕ੍ਰੋਧ ਲੋਭ ਓਹੰਕਾਰ ਵਿੱਚ ਫਸ ਜਾਣ, ਗੁਰੂ ਦੀ ਮਰਿਆਦਾ ਨੂੰ ਭੁੱਲ ਜਾਣ, ਕੇਸ਼ ਨੂੰ ਰੰਗਣ ਲੱਗ ਪੈਣ, ਕੇਸ਼ਾਂ ਨੂੰ ਕਟਵਾਉਣ ਲੱਗ ਪੈਣ, ਥਰੈਡਿੰਗ ਕਰਨ ਲੱਗ ਪੈਣ, ਇਸ ਪ੍ਰਕਾਰ ਦੀ ਸਾਰੀ ਕੁਰੂਤੀਆਂ ਵਿੱਚ ਜਦ ਪੈਣ ਲੱਗ ਜਾਣਗੇ ਤਾਂ ਇਹਨਾਂ ਦਾ ਕੋਈ ਸਾਰ ਨਹੀਂ ਪੁੱਛੂਗਾ, ਮੈਂ ਵੀ ਇਹਨਾਂ ਦੀ ਪ੍ਰਤੀਤ ਨਹੀਂ ਕਰਾਂਗਾ, ਕਿਉਂਕਿ ਮੈਨੂੰ ਰਹਿਤ ਪਿਆਰੀ ਹੈ, ਮੈਨੂੰ ਡਿਸਿਪਲਿਨ ਪਿਆਰਾ ਹੈ, ਮੈਨੂੰ
ਮੈਨੂੰ ਮਰਿਆਦਾ ਪਿਆਰੀ ਹੈ, ਮੈਨੂੰ ਸਿੱਖ ਪਿਆਰਾ ਨਹੀਂ ਹੈ। ਇਹ ਕਲਗੀਧਰ ਪਿਤਾ ਦਾ ਹੁਕਮ ਸੀਗਾ ਅਤੇ ਉਹਨਾਂ ਦੀ ਬਖਸ਼ਿਸ਼ ਸੀਗੀ ਕਿ ਜੇ ਖਾਲਸਾ ਪੰਥ ਮੁੜ ਕੇ ਫਿਰ ਰਹਿਤ ਮਰਿਆਦਾ ਵਿੱਚ ਪੱਕਾ ਹੋ ਜਾਵੇ, ਗੁਰੂ ਦੀ ਮਰਿਆਦਾ ਨੂੰ ਇੰਨ ਬਿੰਨ ਕਰਕੇ ਮੰਨੇ ਕਮਾਵੇ, ਤਾਂ ਫਿਰ ਤੇਜ ਦਿਓ ਮੈਂ ਸਾਰਾ। ਗੁਰੂ ਕਲਗੀਧਰ ਪਿਤਾ ਆਪਣੀ ਬਖਸ਼ਿਸ਼ ਦਾ ਹੱਥ ਸਾਡੇ ਸਿਰ 'ਤੇ ਰੱਖਣਗੇ ਅਤੇ ਪਿਆਰਿਓ ਇਤਿਹਾਸ ਗਵਾਹ ਹੈ, ਸਾਰਾ ਕੁਛ ਬੰਦੇ ਦੇ ਪੱਲੇ ਹੋਵੇ ਪਰ ਗੁਰੂ ਦੀ ਕਿਰਪਾ ਨਾ ਹੋਵੇ ਤਾਂ ਉਹ ਸੜ ਕੇ ਸਵਾਹ ਹੋ ਜਾਂਦਾ ਹੈ, ਪਰ ਜੇ ਬੰਦੇ ਦੇ ਕੋਲ ਕੁਝ ਵੀ ਨਾ ਹੋਵੇ ਪਰ ਕਲਗੀਧਰ ਪਿਤਾ ਦਾ ਹੱਥ ਸਿਰ 'ਤੇ ਹੋਵੇ ਤਾਂ ਉਹ ਦੁਨੀਆਂ ਦਾ ਸ਼ਹਿਨਸ਼ਾਹ ਬਣ ਜਾਂਦਾ ਹੈ। ਆਓ ਆਪਾਂ ਰਹਿਤ ਮਰਿਆਦਾ ਵਿੱਚ ਦ੍ਰਿੜ ਹੋਈਏ, ਨਾਮ ਦਾ ਅਖੰਡ ਅਭਿਆਸ ਕਰੀਏ, ਅੰਮ੍ਰਿਤ ਵੇਲੇ ਸਾਂਭੀਏ, ਸਾਰੇ ਨਾਲ ਪ੍ਰੇਮ ਕਰੀਏ, ਸ਼ੁਭ ਗੁਣਾਂ ਦੇ ਧਾਰਨੀ ਬਣੀਏ, ਗੁਰਮਤਿ ਦਾ ਸੱਚਾ ਸੁੱਚਾ ਪ੍ਰਚਾਰ ਕਰੀਏ। ਵੀਡੀਓ ਵਿੱਚ ਦਾਸ ਵੱਲੋਂ ਅਨੇਕ ਪ੍ਰਕਾਰ ਦੀਆਂ ਭੁੱਲ ਚੁੱਕਾਂ ਹੋਈਆਂ ਹੋਣਗੀਆਂ, ਦਾਸ ਨੂੰ ਛੋਟਾ ਜਿਹਾ ਬੱਚਾ ਸਮਝ ਕੇ ਮਾਫ਼ ਕਰ ਲੈਣਾ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣੋ ਗੱਲ, ਜਿਹੜਾ ਸੁਣ ਲਓ ਨਾਲ ਨਾਲ, ਸਰੋਵਰ ਦੇ ਵਿੱਚ ਗੱਲ ਸਮਝ ਲਿਓ ਪਹਿਲਾਂ, ਸਰੋਵਰ ਵਿੱਚ ਸੈਂਟੀਫਿਕ ਤਰੀਕੇ ਨਾਲ ਲਾਭ ਕੀ ਹੈ ਇਸ਼ਨਾਨ ਕਰਨ ਦਾ, ਵੀ ਜੇ ਸਾਇੰਸ ਕਵੇ ਵੀ ਇਹ ਪਾਣੀ 'ਚ ਕਿੱਦਾਂ ਇਸ਼ਨਾਨ ਕਰਦੇ ਨੇ ਸਾਰੇ। ਭਜਨ ਵਾਲੇ ਉਹਦੇ ਵਿੱਚ ਇਸ਼ਨਾਨ ਕਰਦੇ ਨੇ, ਉਸ ਵੇਲੇ ਚੰਗੀਆਂ ਵਾਈਬ੍ਰੇਸ਼ਨ ਉੱਥੇ ਤਰੰਗਾਂ ਇਹਨਾਂ ਦੀਆਂ ਨੇ। ਜਿਹੜਾ ਬੰਦਾ ਅੰਦਰ ਆਉਂਦਾ ਹੈ ਇੱਕਦਮ ਸ਼ਾਂਤ ਹੋ ਜਾਂਦਾ ਹੈ, ਸਭ ਭੁੱਲ ਜਾਂਦਾ ਘਰ ਬਾਰ ਵੀ ਮੈਂ ਕਿੱਥੋਂ ਆਇਆ। ਜਦੋਂ ਇਸ਼ਨਾਨ ਕਰਦਾ ਸਿਮਰਨ ਵਾਲਾ, ਬੰਦਗੀ ਵਾਲੇ ਪਤਾ ਹੀ ਨਹੀਂ ਉਹਦੇ ਵਿੱਚ ਕਿੰਨੇ ਨਹਾ ਕੇ ਜਾਂਦੇ ਨੇ, ਉਹਨਾਂ ਦੀ ਊਰਜਾ ਪਾਣੀ ਵਿੱਚ ਮਿਲਦੀ ਹੈ। ਤੇ ਢਿੰਦੇ ਮਨ ਵਾਲਾ, ਟੈਨਸ਼ਨਾਂ ਦਾ ਭਰਿਆ ਹੋਇਆ ਬੰਦਾ ਜਦੋਂ ਉਸ ਸਰੋਵਰ ਵਿੱਚ ਡੁੱਬਾ ਲਾਉਂਦਾ ਹੈ, ਉਹ ਸਿਮਰਨ ਵਾਲਿਆਂ ਦੀ ਊਰਜਾ ਉਸ ਪਾਣੀ ਵਿੱਚ ਰਲ ਜਾਂਦੀ ਹੈ, ਜਦੋਂ ਉਹਦੇ ਵਿੱਚ ਇਸ਼ਨਾਨ ਕਰਦਾ ਤੇ ਇੱਕਦਮ ਤੰਦਰੁਸਤ ਹੋ ਜਾਂਦਾ। ਇਹ ਸੈਂਟੀਫਿਕ ਤਰੀਕੇ ਨਾਲ, ਇਹਨੂੰ ਸਾਇੰਸ ਵੀ ਮੰਨੇਗੀ ਵੀ ਪਾਣੀ ਵਿੱਚ ਊਰਜਾ ਫੈਲ ਗਈ।